ਸ਼੍ਰੀਕਾਲ ਦੋਸਤੋ ਮੈਂ ਹਾਂ ਕੋਮਲ ਤੇ ਤੁਸੀਂ ਦੇਖ ਰਹੇ ਹੋ ਸੇਂਟ ਸੋਲ ਦਾ ਟਾਈਮਸ ਤੇ ਅੱਜ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਜੀ ਉਹਨਾਂ ਦਾਨੀ ਸੱਜਣਾ ਦੀ ਖਾਸ ਇੱਕ ਸਟੋਰੀ ਜੋ ਕਿ ਹੜ੍ਹ ਪੀੜਤਾ ਲੋਕਾਂ ਵਾਸਤੇ ਰਾਸ਼ਨ ਲੈ ਕੇ ਜਾ ਰਹੇ ਨੇ ਕੁਝ ਸਮੱਗਰੀ ਲੈ ਕੇ ਜਾ ਰਹੇ ਨੇ ਬਹੁਤ ਸਾਰੇ ਲੋਕ ਜਿੱਥੇ ਖੁਦ ਮਿਹਨਤ ਕਰਦੇ ਹੋਏ ਕਿਸਾਨ ਬਹੁਤ ਸਾਰਾ ਰਾਸ਼ਨ ਜਮ੍ਹਾਂ ਕਰਕੇ ਬੈਠੇ ਸੀ ਲੇਕਿਨ ਪਾਣੀ ਦੇ ਆਉਣ ਕਰਕੇ ਉਹਨਾਂ ਦਾ ਸਾਰਾ ਕੁਝ ਤਬਾਹ ਹੋ ਗਿਆ ਅਤੇ ਕਹਿੰਦੇ ਨੇ ਕਿ ਹਮੇਸ਼ਾ ਤੁਸੀਂ ਉਹਨਾਂ ਲੋਕਾਂ ਲਈ ਹੱਥ ਵਧਾਓ ਜਿਨ੍ਹਾਂ ਨੂੰ ਹੁਣ ਦੇ ਸਮੇਂ ਵਿੱਚ ਇਸ ਚੀਜ਼ ਦੀ ਲੋੜ ਹੈ ਔਰ ਨਾਲ ਦੀ ਨਾਲ ਕਹਿੰਦੇ ਨੇ ਕਿ ਖੋ ਕੇ ਖਾਣ ਵਾਲੇ ਦਾ ਕਦੀ ਢਿੱਡ ਨਹੀਂ ਭਰਦਾ ਅਤੇ ਵੰਡਣ ਵਾਲਾ ਕਦੀ ਭੁੱਖਾ ਨਹੀਂ ਮਰਦਾ ਆਓ ਦਿਖਾਉਂਦੇ ਹਾਂ ਖਾਸ ਸਟੋਰੀ ਜੋ ਕਿ ਸਮੱਗਰੀ ਲੈ ਕੇ ਜਾ ਰਹੇ ਨੇ ਜੀ ਖਾਲਸਾ ਏਡ ਵਾਲੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਤੇਜਿੰਦਰਪਾਲ ਸਿੰਘ ਸਰ ਕੁਝ ਦੱਸੋਗੇ ਜੀ ਖਾਲਸਾ ਏਡ ਬਾਰੇ ਕਿਸ ਤਰ੍ਹਾਂ ਕੰਮ ਕਰ ਰਹੇ ਹੋ ਕਿਸ ਤਰ੍ਹਾਂ ਲੋਕਾਂ ਦੀ ਤੁਸੀਂ ਹੈਲਪ ਕਰ ਰਹੇ ਹੋ ਖਾਲਸਾ ਏਡ ਵੱਲੋਂ ਪਹਿਲਾਂ ਤਾਂ ਜਦੋਂ ਇਹ ਰੈਸਕਿਊ ਆਪਰੇਟ ਸ਼ੁਰੂ ਹੋਏ ਤਾਂ ਸਟਾਰਟਿੰਗ ਸਾਡੀ ਸ਼ੁਰੂ ਹੋਈ ਸੀਗੀ ਰੋਪੜ ਤੋਂ ਫਤਿਹਗੜ੍ਹ ਸਾਹਿਬ ਤੋਂ ਪਟਿਆਲੇ ਤੋਂ ਸੋ ਜਿੱਦਾਂ ਜਿੱਦਾਂ ਪਾਣੀ ਘਟਦਾ ਗਿਆ ਉਸ ਤੋਂ ਬਾਅਦ 'ਚੋਂ ਜਿਹੜੀਆਂ ਕਹਿ ਲਓ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਜਿਨ੍ਹਾਂ ਨੂੰ ਕਹਿ ਲਓ ਰਾਸ਼ਨ ਚਾਹੀਦਾ ਹੈ ਮੱਛਰਦਾਨੀਆਂ ਚਾਹੀਦੀਆਂ ਨੇ ਉਹਨਾਂ ਨੂੰ ਤਰਪਾਲਾਂ ਚਾਹੀਦੀਆਂ ਜਾਂ ਹੋਰ ਜਿਹੜਾ ਵੀ ਲੋੜੀਂਦਾ ਸਮਾਨ ਸੋ ਇਹ ਸਾਰੇ ਸ਼ਹਿਰਾਂ ਵਿੱਚ ਜਿਹੜੇ ਨੇ ਕਲੈਕਸ਼ਨ ਸੈਂਟਰ ਸ਼ੁਰੂ ਕੀਤੇ ਗਏ ਨੇ ਇੱਥੇ ਤੁਸੀਂ ਉੱਪਰ ਦੇ ਜਾ ਕੇ ਦੇਖੋਗੇ ਵੀ ਜਿੱਦਾਂ ਕਹਿ ਲਓ ਸੰਗਤ ਦੇ ਸਹਿਯੋਗ ਸਦਕਾ ਜਿਹੜੇ ਸਾਰੇ ਜਣੇ ਇੱਥੇ ਰਾਸ਼ਨ ਦੇ ਕੇ ਜਾਂਦੇ ਨੇ ਔਰ ਪ੍ਰੋਪਰ ਉਹ ਸਾਰੇ ਸਮਾਨ ਦੀ ਜਿਹੜੀ ਰਿਸੀਵਿੰਗ ਲੈ ਕੇ ਜਾ ਰਹੇ ਜੀ ਅਤੇ ਤੁਸੀਂ ਕਿੱਦਾਂ ਉੱਥੇ ਲੋੜਵੰਦਾਂ ਦੇ ਕੋਲ ਪਹੁੰਚਦੇ ਹੋ ਕੀ ਹੈ ਤੁਹਾਡੇ ਕੋਲ ਜਿਹਦੇ ਨਾਲ ਤੁਸੀਂ ਜਾ ਰਹੇ ਹੋ ਗੱਡੀਆਂ 'ਤੇ ਜਾ ਰਹੇ ਹੋ ਕਿੱਦਾਂ ਕੀ ਮੈਨੇਜ ਕਰ ਰਹੇ ਹੋ ਸਾਡੀਆਂ ਤਕਰੀਬਨ 12 ਤੋਂ 13 ਟੀਮਾਂ ਜਿਹੜੀਆਂ ਅਸੈਸਮੈਂਟ 'ਤੇ ਲੱਗੀਆਂ ਹੋਈਆਂ ਨੇ ਕਿਉਂਕਿ ਬਹੁਤ ਸਾਰੀ ਸੰਗਤ ਜਿਹੜੀ ਡਾਇਰੈਕਟ ਜਾਣਾ ਚਾਹੁੰਦੀ ਹੈ ਜਾਂ ਜਾ ਵੀ ਰਹੀ ਹੈ ਸੋ ਉਹ ਉੱਥੇ ਤੱਕ ਨਹੀਂ ਪਹੁੰਚ ਪਾ ਰਹੀ ਜਿੱਥੇ ਕਿ ਐਕਚੁਅਲੀ ਲੋੜ ਹੈ ਕਿਉਂਕਿ ਜਿਹੜੇ ਦਰਿਆ ਦੇ ਕੰਢੇ 'ਤੇ ਜਿਹੜੇ ਪਿੰਡ ਨੇ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਘਰਾਂ ਦਾ ਜਾਂ ਕਹਿ ਲਓ ਉਹਨਾਂ ਦਾ ਮਾਲੀ ਨੁਕਸਾਨ ਹੋਇਆ ਉੱਥੇ ਤੱਕ ਨਹੀਂ ਪਹੁੰਚ ਪਾ ਰਹੇ ਸੋ ਜਿਹੜੀ ਸਾਡੀ ਟੀਮ ਜਿਹੜੀ ਅਸੈਸਮੈਂਟ ਕਰਨ ਲਈ ਜਾ ਰਹੀ ਆ ਉਹ ਕਰਕੇ ਆਏਗੀ ਤਾਂ 2 ਤੋਂ 3 ਦਿਨਾਂ 'ਚ ਜਿਹੜੀ ਸਾਡੇ ਕੋਲ ਇੱਥੇ ਜਿਹੜੀ ਸਾਰੀ ਪੈਕਿੰਗ ਹੈ ਪ੍ਰੋਪਰ ਜਿਹੜੀ ਇੱਕ ਫੈਮਿਲੀ ਵਾਈਜ਼ ਜਿਹੜੀ ਕਿੱਟ ਤਿਆਰ ਹੋ ਜਾਏਗੀ ਫਿਰ ਅਸੀਂ ਜਿਹੜੀ ਹੈ ਉਹ ਜਿਹੜਾ ਜਿਹੜਾ ਏਰੀਆ ਤੋਂ ਸਾਨੂੰ ਹੈੱਡ ਆਫਿਸ ਤੋਂ ਆਏਗਾ ਆਰਡਰ ਆਏਗਾ ਕਹਿ ਲਓ ਉੱਥੇ ਉੱਥੇ ਅਸੀਂ ਫਿਰ ਸਾਰੇ ਜਣੇ ਡਿਸਟ੍ਰੀਬਿਊਟ ਕਰਨ ਜਾਵਾਂਗੇ ਹਰ ਇਨਸਾਨ ਕਹਿੰਦਾ ਹੈ ਸਰਬੱਤ ਦਾ ਭਲਾ ਮੰਗਦੇ ਸਾਰੇ ਨੇ ਪਰ ਜਦੋਂ ਤੁਸੀਂ ਇਹਨਾਂ ਲੋੜਵੰਦਾਂ ਦੀ ਹੈਲਪ ਕਰਦੇ ਹੋ ਤਾਂ ਪਰਮਾਤਮਾ ਖੁਦ ਤੁਹਾਡੇ ਵੱਲ ਹੱਥ ਵਧਾਉਂਦਾ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਜੀ ਬਸ ਜੀ ਖਾਲਸਾ ਏਡ ਦੀ ਰੂਟੀਨ ਦੇ ਵਿੱਚ ਜਿਹੜੀਆਂ ਨਿਰੰਤਰ ਸੇਵਾਵਾਂ ਚੱਲ ਰਹੀਆਂ ਨੇ ਇਸੇ ਤਰ੍ਹਾਂ ਹੀ ਲਗਾਤਾਰ ਚੱਲਦੀਆਂ ਰਹਿਣਗੀਆਂ ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ ਇਸ ਦੁੱਖਦਾਈ ਘੜੀ ਵਿੱਚ ਹਰੇਕ ਦਾ ਭਲਾ ਹੋਵੇ ਔਰ ਸਭ ਨੂੰ ਖਾਣ ਪੀਣ ਲਈ ਮਿਲੇ ਕਿਉਂਕਿ ਜੋ ਭੁੱਖੇ ਮਰ ਰਹੇ ਨੇ ਉਹਨਾਂ ਦੇ ਨਾਲ ਇੱਕੋ ਹੀ ਗੱਲ ਕਹਿਣਾ ਚਾਹਾਂਗੀ ਕਿ ਖੋਣ ਵਾਲੇ ਦਾ ਖਾ ਕੇ ਭਲਾ ਨਹੀਂ ਹੁੰਦਾ ਵੰਡਣ ਵਾਲੇ ਦਾ ਭਲਾ ਹੁੰਦਾ ਹੈ ਸੋ ਦਾਨੀ ਬਣੋ ਵੰਡੋ ਪਰਮਾਤਮਾ ਤੁਹਾਡੇ ਨਾਲ ਹੈ ਕਿਉਂਕਿ ਕਹਿੰਦੇ ਨੇ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ 'ਤੇ ਬਣੇ ਰਹੋ ਖਾਸ ਸਟੋਰੀ ਦੇਖਣ ਲਈ ਸੇਂਟ ਸੋਲ ਦਾ ਟਾਈਮ ਸੋ ਕੋਮਲ ਕੈਮਰਾਮੈਨ ਵਿਨੋਦ ਦੇ ਨਾਲ